ਪੰਜ ਸਰੋਵਰ ਵੀ ਸਿੱਖ ਨੂੰ ਕੁਝ ਨਾ ਕੁਝ ਸਿਖਾਉਂਦੇ ਨੇ। ਅੰਮ੍ਰਿਤਸਰ ਸਾਹਿਬ ਦਾ ਇੱਕ ਸਰੋਵਰ ਹੈ ਜੀ ਰਾਮਸਰ ਸਾਹਿਬ। ਰਾਮਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮੁਖਾਤਬ ਹੋ ਕੇ ਇਹ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਜੀ ਕਿਰਪਾ ਕਰੋ, ਰਾਮ ਦਾ ਨਾਮ ਬਖਸ਼ੋ। ਇੱਥੇ ਰਾਮ ਦਾ ਭਾਵ ਹੈ ਜਿਹੜਾ ਸਾਰੀ ਦੁਨੀਆਂ ਦੇ ਵਿੱਚ ਸਾਰੇ ਬ੍ਰਹਿਮੰਡ ਦੇ ਵਿੱਚ ਰਮਿਆ ਹੋਇਆ। ਜਦੋਂ ਰਾਮ ਦਾ ਮਹਾਰਾਜ ਜੀ ਨਾਮ ਬਖਸ਼ਣਗੇ ਤੇ ਫਿਰ ਦੂਸਰੇ ਸਰੋਵਰ ਦਾ ਉਹਨਾਂ ਨੇ ਜ਼ਿਕਰ ਕੀਤਾ ਜੀ ਕੌਲਸਰ। ਜਦੋਂ ਕੌਲਸਰ ਸਰੋਵਰ ਦੇ ਵਿੱਚ ਆ ਕੇ ਅਸੀਂ ਇਸ਼ਨਾਨ ਕਰਨਾ ਤੇ ਅਰਦਾਸ ਕਰਨੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਮਹਾਰਾਜ ਜੀ ਤੁਸੀਂ ਬਖਸ਼ਿਸ਼ ਕਰੋ ਕਿ ਸੰਸਾਰ ਰੂਪੀ ਸਾਗਰ ਦੇ ਵਿੱਚ ਰਹਿੰਦਿਆਂ ਹੋਇਆਂ ਰਾਮ ਦੇ ਨਾਮ ਦੀ ਤੁਸੀਂ ਦਾਤ ਬਖਸ਼ੀ ਹੈ, ਰਾਮਸਰ ਦੇ ਵਿੱਚ ਇਸ਼ਨਾਨ ਕੀਤਾ, ਹੁਣ ਕਿਰਪਾ ਕਰੋ ਇਸ ਦੁਨੀਆਂ ਦੇ ਵਿੱਚ, ਇਸ ਚਿੱਕੜ ਦੇ ਵਿੱਚ, ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਮਲ ਦੇ ਵਾਂਗੂ ਖਿੜੇ ਰਹੀਏ। ਉਸ ਤੋਂ ਬਾਅਦ ਹੈ ਜੀ ਵਿਵੇਕ ਸਰ। ਵਿਵੇਕ ਦਾ ਭਾਵ ਹੈ ਸਹੀ ਤੇ ਗਲਤ ਦੀ ਪਹਿਚਾਣ ਕਰਨੀ। ਵਿਵੇਕ ਸਰ ਦੇ ਵਿੱਚੋਂ ਵਿਵੇਕ ਮੰਗਣਾ। ਹੁਣ ਰਾਮ ਦੇ ਨਾਮ ਦੀ ਕਿਰਪਾ ਹੋਈ, ਬੰਦਾ ਕਮਲ ਦੇ ਵਾਂਗੂ ਖਿੜ ਗਿਆ ਔਰ ਉਹਦੇ ਅੰਦਰ ਹੁਣ ਵਿਵੇਕ ਆ ਗਿਆ। ਜਦੋਂ ਇਹ ਤਿੰਨ ਚੀਜ਼ਾਂ ਆ ਗਈਆਂ ਤੇ ਚੌਥਾ ਆਂਜਾ ਆਉਂਦਾ ਹੈ ਜੀ ਸੰਤੋਖਸਰ ਸਾਹਿਬ। ਮਹਾਰਾਜ ਜੀ ਫਿਰ ਸੰਤੋਖ ਦੀ ਦਾਤ ਬਖਸ਼ਦੇ ਨੇ। ਸੰਤੋਖਸਰ ਸਾਹਿਬ ਦੇ ਸਰੋਵਰ ਦੇ ਵਿੱਚ ਵੀ ਇਸ਼ਨਾਨ ਕਰਨਾ ਹੈ। ਮਹਾਰਾਜ ਜੀ ਦੇ ਕੋਲੋਂ ਸੰਤੋਖ ਦੀ ਦਾਤ ਮਿਲਣੀ ਹੈ। ਜਦੋਂ ਸੰਤੋਖ ਦੀ ਦਾਤ ਮਿਲ ਗਈ ਔਰ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਜੀ ਅੰਮ੍ਰਿਤਸਰ। ਅੰਮ੍ਰਿਤਸਰ ਦੇ ਵਿੱਚੋਂ ਅਮਰਤਾ ਮਿਲਦੀ ਹੈ, ਅੰਮ੍ਰਿਤਸਰ ਦੇ ਵਿੱਚੋਂ ਬਖਸ਼ਿਸ਼ ਮਿਲਦੀ ਹੈ, ਚੜ੍ਹਦੀ ਕਲਾ ਮਿਲਦੀ ਹੈ। ਇਸ ਕਰਕੇ ਇਹਨਾਂ ਪੰਜਾਂ ਸਰੋਵਰਾਂ ਦਾ ਵੀ ਬੇਹੱਦ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਮਹੱਤਵ ਹੈ।